ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਲੋੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਜਿੱਥੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਉੱਥੇ ਹੀ ਉਹਨਾਂ ਨੇ ਵਿਕਾਸ ਕਾਰਜਾਂ ਲਈ ਗ੍ਰਾਂਟ ਵੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਸ਼ਹਿਰ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਨਵੇਂ ਬਿਜਲੀ ਗ੍ਰਿਡ ਅਤੇ ਬਹੁ ਮੰਤਵੀ ਖੇਡ ਸਟੇਡੀਅਮ ਦਾ ਨੀਂਹ ਪੱਥਰ ਵੀ ਰੱਖਿਆ। ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਬਾਦਲ ਨੇ ਐਲਾਨ ਕੀਤਾ ਕਿ ਮਲੋੜ ਸ਼ਹਿਰ ਵਿੱਚ ਜਲ ਸਪਲਾਈ ਅਤੇ ਸੀਵਰੇਜ ਦੀ ਸਮੱਸਿਆ ਦੂਰ ਕਰਨ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਜਾਵੇਗੀ। ਜਿਸ ਲਈ ਉਹਨਾਂ ਨੇ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਆਪਣੀ ਪ੍ਰਕਿਰਿਆ ਆਰੰਭ ਕਰਨ ਦੇਣ ਦੀ ਹਦਾਇਤ ਕੀਤੀ ਦੇਖੋ ਜਿੰਨਾ ਕੋਈ ਮਲੋੜ ਚ ਹੁਣ ਅੱਜ ਕਰਕੇ ਗਏ ਆ ਬਿਜਲੀ ਆਸਤੇ 12.5 ਕਰੋੜ ਰੁਪਇਆ ਤੇ ਕੋਈ ਬਿਜਲੀ ਦਾ ਕੰਮ ਨਹੀਂ ਰਹਿ ਜੂ ਅੱਜ ਸੀਵਰੇਜ ਬੋਰਡ ਦੇ ਚੇਅਰਮੈਨ ਐਮ ਡੀ ਵੀ ਸੱਦੇ ਆ ਉਹਨਾਂ ਦੇ ਚੀਫ ਇੰਜੀਨੀਅਰ ਸੱਦੇ ਆ ਡਾਇਰੈਕਟਰ ਸੱਦੇ ਆ ਸਾਰੇ ਸ਼ਹਿਰ ਦੀਆਂ ਗੜੀਆਂ ਨਾਲੀਆਂ ਪਾਣੀ ਸੀਵਰੇਜ ਲਾਈਟਾਂ ਇਹ ਸਾਰੀਆਂ 3-4 ਮਹੀਨੇ ਤੇ ਬਸ ਅੱਡੇ ਤੱਕ ਬਸ ਅੱਡੇ ਦਾ ਵੀ ਦੇਖੇ ਮਲੋੜ ਸ਼ਹਿਰ ਵਿੱਚ ਨਿਰਵਿਘਨ ਸਪਲਾਈ ਲਈ 12.5 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ 4 ਕਰੋੜ ਰੁਪਏ 66 ਕੇਵੀ ਸਬਸਟੇਸ਼ਨ ਅਤੇ ਬਿਜਲੀ ਸਪਲਾਈ ਲਈ ਨਵੀਆਂ ਲਾਈਨਾਂ ਪਾਉਣ ਤੋਂ ਇਲਾਵਾ ਪੁਰਾਣੀਆਂ ਲਾਈਨਾਂ ਨੂੰ ਵੀ ਅਪਗ੍ਰੇਡ ਕਰਨ ਲਈ ਦਿੱਤੇ ਗਏ ਹਨ ਖੇਡ ਪ੍ਰੇਮੀਆ ਲਈ 7 ਏਕੜ 7 ਕਨਾਲ ਰਕਬੇ ਵਿੱਚ 6.36 ਕਰੋੜ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਇਆ ਜਾਵੇਗਾ ਸਟੇਡੀਅਮ ਲਈ ਸੇਖੂਪਿੰਡ ਦੀ ਪੰਚਾਇਤ ਨੇ ਜ਼ਮੀਨ ਵੀ ਦੇ ਦਿੱਤੀ ਹੈ ਇਸ ਦੌਰਾਨ महावीर गौशाला ਦੇ ਸੰਸਥਾਪਕ ਪੰਡਿਤ ਗਿਰਦਾਰੀ ਨੇ ਮੁੱਖ ਮੰਤਰੀ ਨੂੰ ਗਊਆਂ ਦੀ ਸਾਮ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਦੱਸਿਆ